ਸ਼ੁਭਕਾਮਨਾਵਾਂ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂਮੋਦ ਅੱਜ ਤੋਂ ਆਪਾਂ ਪੋਲਿਟੀਕਲ ਇਸ਼ੂ ਦੀ ਆਲ ਟੌਪਿਕ ਨੂੰ ਕਵਰ ਅਪ ਕਰਾਂਗੇ ਠੀਕ ਹੈ ਅੱਜ ਪਹਿਲੀ ਕਲਾਸ ਹੈ ਇਸ ਵਿੱਚ ਕੀ ਆਪਾਂ ਕਨਸਟੀਟਿਊਸ਼ਨ ਦੀ ਮੇਕਿੰਗ ਬਾਰੇ ਜਾਣਾਂਗੇ ਇਸ ਦੀ ਥਿਊਰੀ ਪੜ੍ਹਾਂਗੇ ਐਂਡ ਇਸ ਵੀਡੀਓ ਦੇ ਐਂਡ ਵਿੱਚ ਕੀ ਹੈ ਥੋੜੀ ਜਿਹਾ ਆਪਾਂ ਵਨ ਲਾਈਨਰ ਕੁਐਸਚਨ ਵੀ ਕਵਰ ਕਰਾਂਗੇ ਜਿਹੜੇ ਕਿ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਕਾਫੀ ਇੰਪੋਰਟੈਂਟ ਹੈ ओके okay, दोस्तों, ધ્યાન ਨਾਲ ਵੀਡੀਓ ਨੂੰ ਦੇਖ ਲਓ ਕਿਉਂਕਿ ਸਾਰੇ ਹੀ ਪੁਆਇੰਟ ਇੰਪੋਰਟੈਂਟ ਨੇ ਐਂਡ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ। ਜੇ ਤੁਹਾਨੂੰ ਇਹ ਵੀਡੀਓ ਬੈਨੀਫੀਸ਼ੀਅਲ ਲੱਗੀ ਤਾਂ ਓਕੇ ਤਾਂ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ। ਤੇ ਹੁਣ ਜਦੋਂ ਆਪਾਂ ਟਾਈਮ ਨਹੀਂ ਵੇਸ ਕਰਦੇ ਐਂਡ ਜਿਹੜੇ ਵੀ ਕੈਂਡੀਡੇਟ ਸਾਡਾ WhatsApp ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਦਿੱਤਾ ਉੱਥੇ ਜਾ ਕੇ WhatsApp ਗਰੁੱਪ ਵਿੱਚ ਜ਼ਰੂਰ ਜੁਆਇਨ ਕਰ ਲਓ। ਤਾਂ ਸਭ ਤੋਂ ਪਹਿਲਾਂ ਆਪਾਂ ਪੋਲਿਟਿਕਲ ਇਸ਼ੂ ਵਿੱਚ ਗੱਲ ਕਰਦੇ ਹਾਂ ਸੰਵਿ ਕਨਸਟੀਟਿਊਸ਼ਨ ਅਸੈਂਬਲੀ ਬਣਾਈ ਗਈ ਸੀ ਠੀਕ ਹੈ ਉਸ ਬਾਰੇ ਆਪਾਂ ਗੱਲ ਕਰ ਲੈਨੇ ਆਂ ਦੇਖੋ ਸਭ ਤੋਂ ਪਹਿਲਾਂ ਇਸ ਵਿੱਚ ਮੇਨ ਮੇਨ ਪੁਆਇੰਟ ਹੈ ਜਿਹੜੇ ਰਾਈਟ ਡਾਊਨ ਕਰਨੇ ਜ਼ਰੂਰੀ ਨੇ ਠੀਕ ਹੈ ਸਭ ਤੋਂ ਪਹਿਲਾਂ ਸਟਾਰਟ ਕਰ ਲੈਨੇ ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ ਤਿਆਰ ਕੀਤਾ ਗਿਆ ਇਹ ਗੱਲ ਸਭ ਨੂੰ ਪਤਾ ਹੋਵੇਗੀ ਜੇ ਸੰਵਿਧਾਨ ਬਣਾਣਾ ਹੈ ਤਾਂ ਕੁਝ ਮੈਂਬਰ ਸੈਲੈਕਟ ਕੀਤੇ ਗਏ ਜਿਸ ਨੂੰ ਸੰਵਿਧਾਨ ਸਭਾ ਦਾ ਨਾਮ ਦੇ ਦਿੱਤਾ ਗਿਆ ਠੀਕ ਹੈ ਇਸ ਦਾ ਗਠਨ ਕਦੋਂ ਹੋਇਆ ਸੀ ਸੰਵਿਧਾਨ ਸਭਾ ਦਾ ਗਠਨ ਕਦੋਂ ਕੀਤਾ ਗਿਆ ਸੀ 1946 ਈਸਵੀ ਵਿੱਚ ਕੀਤਾ ਗਿਆ ਇਸ ਕਾਫੀ ਵਾਰ ਇਗਜ਼ਾਮ ਵਿੱਚ ਇਹ ਪੁਆਇੰਟ ਪੁੱਛਿਆ ਜਾਂਦਾ ਕਿ ਸੰਵਿ ਸਵਿਧਾਨ ਸਭਾ ਦਾ ਗਠਨ ਕਦੋਂ ਹੋਇਆ ਸੀ ਤੇ ਯਾਦ ਰੱਖਿਓ 1946 ਈਸਵੀ ਵਿੱਚ 1940 ਈਸਵੀ ਵਿੱਚ ਕਿਉਂ ਆ ਸੀ 1946 ਈਸਵੀ ਵਿੱਚ ਇੰਗਲੈਂਡ ਵੱਲੋਂ ਮਤਲਬ ਕਿ ਜਿਹੜੇ ਇੰਗਰੀਜਨ ਨੇ ਆਪਣੇ ਭਾਰਤ ਦੇ ਕਬਜ਼ਾ ਕੀਤਾ ਹੋਇਆ ਸੀ ਉਹਨਾਂ ਨੇ ਕੀ ਕੈਬਨਿਟ ਮਿਸ਼ਨ ਯੂਦਨਾ ਭਾਰਤ ਵਿੱਚ ਭੇਜੇ ਸੀ ਜਿਸ ਨੇ ਨਿਰਣੈ ਲਿੱਤਾ ਕਿ ਭਾਰਤ ਆਪਣਾ ਸੰਵਿਧਾਨ ਬਣਾ ਸਕਦਾ ਠੀਕ ਹੈ ਇਸ ਬਾਰੇ ਕੈਬਨਿਟ ਮਿਸ਼ਨ ਬਾਰੇ ਮੈਂ ਪਹਿਲਾਂ ਥਿਊਰੀ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਚੁੱਕਿਆ ਜੇ ਨਹੀਂ ਦੇਖੀ ਤਾਂ ਚੈਨਲ ਤੇ ਜਾ ਕੇ ਵੀਡੀਓ ਵਿਜ਼ਿਟ ਕਰ ਲਓ ਠੀਕ ਹੈ ਕੁਣ ਅਤੇ 3. ਕਬਰਪ ਹੁੰਦੇ ਨੇ ਸਭ ਤੋਂ ਪਹਿਲਾਂ ਭਾਰਤ ਸੰਵਿਧਾਨ ਸੰਵਿਧਾਨ ਸਭਾ ਦੁਆਰਾ ਬਣਾਇਆ ਗਿਆ ਉਸ ਤੋਂ ਬਾਅਦ ਸੰਵਿਧਾਨ ਸਭਾ ਦਾ ਨਿਰਮਾਣ ਕਦੋਂ ਹੋਇਆ ਸੀ ਜਾਂ ਗਠਨ ਕਦੋਂ ਹੋਇਆ ਸੀ 1940 ਦੇ ਵਿੱਚ ਠੀਕ ਹੈ ਇਸ ਤੋਂ ਬਾਅਦ ਕੁਸ਼ਨ ਇਹ ਵੀ ਪੁੱਛਿਆ ਜਾਂਦਾ ਐਗਜ਼ਾਮ ਵਿੱਚ ਕਿ ਭਾਰਤ ਵਿੱਚ ਕੈਬਨਟ ਮਿਸ਼ਨ ਯੋਜਨਾ ਕਦੋਂ ਆਈ ਸੀ ਤਾਂ ਇਹ ਵੀ ਤੁਸੀਂ ਯਾਦ ਰੱਖਿਓ 1946 ਦੇ ਵਿੱਚ ਆਈ ਸੀ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਸੰਵਿਧਾਨ ਸਭਾ ਦੇ 292 ਮੈਂਬਰਾਂ ਨੂੰ ਮੌਜੂਦਾ ਪ੍ਰਾਂਤਕ ਅਸੈਂਬਲੀ ਦੇ ਮੈਂਬਰਾਂ ਦੁਆਰਾ ਸਿੱਧੇ ਤੌਰ ਤੇ ਇਕਹਿਰੇ ਤਬਦਲ ਯੋਗ ਬੋਡ ਦੇ ਅਨੁਪਾਤ ਦੇ ਢੰਗ ਨਾਲ ਬਣਾਇਆ ਗਿਆ ਸਭ ਤੋਂ ਜ਼ਿਆਦਾ ਕੁਸ਼ਿਸ਼ ਵਿੱਚ ਪੜਨ ਵਾਲੀ ਗੱਲ ਨਹੀਂ ਹੈ ਬਸ ਯਾਦ ਰੱਖਿਓ ਸੰਵਿਧਾਨ ਸਭਾ ਦੇ ਸੰਵਿਧਾਨ ਸਭਾ ਦੇ ਗਠਨ ਵਿੱਚ ਕਿੰਨੇ ਮੈਂਬਰ ਇਨਕਲੂਡ ਸੀ 292 ਮੈਂਬਰ ਇਨਕਲੂਡ ਸੀ ਠੀਕ ਹੈ ਇਸ ਤੋਂ ਬਾਅਦ ਗੱਲ ਕਰੀ ਇਸ ਤੋਂ ਇਲਾਵਾ 292 ਮੈਂਬਰਾਂ ਤੋਂ ਇਲਾਵਾ 93 ਮੈਂਬਰ ਹੋਰ ਸੀ ਠੀਕ ਹੈ ਜੋ ਕਿ ਦੇਸੀ ਰਾਜਸਥਾਨਾ ਲੋ ਬਿਲੋਂਗ ਕਰਦੇ ਸੀ ਜਿਵੇਂ ਰਾਜੇ ਮਹਾਰਾਜੇ ਸੀ ਇਹਨਾਂ ਭਾਰਤ ਵਿੱਚ ਪਹਿਲਾਂ ਉਹਨਾਂ ਦਾ ਰਾਜ ਸੀ ਉਹਨਾਂ ਵਿੱਚੋਂ ਵੀ 93 ਮੈਂਬਰ ਚੂਜ਼ ਕੀਤੇ ਗਏ ਸੀ ਇਸ ਸਲੋਵਾ ਜਨਰਲ ਮੁਸਲਿਮ ਸਿੱਖ ਵਾਸਤੇ ਵੀ ਅਲੱਗ ਰਿਜ਼ਰਵੇਸ਼ਨ ਰੱਖੀ ਗਈ ਸੀ ਮਤਲਬ ਇਹ ਇਨਾ ਕਮਿਊਨਿਟੀਜ਼ ਵਿੱਚ ਵੀ ਕੁਝ ਕੁਝ ਮੈਂਬਰ ਇਨਕਲੂਡ ਕੀਤੇ ਗਏ ਸੀ ਇਸ ਸਲੋਵਾ ਦਾ ਆਪਾਂ ਗੱਲ ਕਰੀਏ ਸਭ ਤੋਂ ਸੀਨੀਅਰ ਮੈਂਬਰ ਇਗਜ਼ਾਮ ਵਿੱਚ ਬਹੁਤ ਵਾਰ ਪੁੱਛਿਆ ਜਾਂਦਾ ਸਭ ਤੋਂ ਸੀਨੀਅਰ ਮੈਂਬਰ ਸੀ ਕੌਣ ਸੀ ਡਾਕਟਰ ਸਚੀਦਾਨੰਦ ਸਿਨਾ ਸੀ ਬਟ ਇਹ ਇੱਕ ਦਿਨ ਦਾ ਮੈਂਬਰ ਬਣਾਇਆ ਗਿਆ ਸੀ ਇੱਕ ਦਿਨ ਦਾ ਚੇਅਰਮੈਨ ਬਣਾਇਆ ਗਿਆ ਸੀ ਸੰਵਿਧਾਨ ਸਭਾ ਦਾ ਸੰਵਿਧਾਨ ਸਭਾ ਦਾ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ ਕੁਐਸਚਨ ਇਹ ਇਸ ਸੰਵਿਧਾਨ ਸਭਾ ਦਾ ਅਸਥਾਈ ਮੈਂਬਰ ਕੌਣ ਸੀ ਠੀਕ ਹੈ ਅਸਥਾਈ ਪ੍ਰਧਾਨ ਕੌਣ ਸੀ ਤਾਂ ਡਾਕਟਰ ਸਚੀਦਾਨੰਦ ਬਣਾਇਆ ਗਿਆ ਇਹ ਸਿਰਫ ਇੱਕ ਦਿਨ ਵਾਸਤੇ ਬਣਾਇਆ ਗਿਆ ਸੀ ਇਸ ਤੋਂ ਬਾਅਦ ਜਿਹੜਾ ਪਰਮਾਨੈਂਟ ਪ੍ਰਧਾਨ ਬਣਾਇਆ ਗਿਆ ਸੀ ਉਹ ਕੌਣ ਬਣਾਇਆ ਗਿਆ ਸੀ ਡਾਕਟਰ ਰਜਿੰਦਰ ਪ੍ਰਸਾਦ ਠੀਕ ਹੈ ਕਨਫਿਊਜ਼ ਨਾ ਹੋਇਆ ਇਸ ਚੀਜ਼ ਵਿੱਚ ਕਾਫੀ ਬੱਚੇ ਕਨਫਿਊਜ਼ ਹੁੰਦੇ ਨੇ ਇੱਥੇ ਯਾਦ ਰੱਖਿਓ ਇਗਜ਼ਾਮ ਵਿੱਚ ਜੇ ਪੁੱਛਿਆ ਜਾਵੇ ਤੁਹਾਡੇ ਤੋਂ ਸਭਧਾਨ ਸਭਾ ਦਾ ਚੇਅਰਮੈਨ ਜਾਂ ਪ੍ਰਧਾਨ ਕੌਣ ਸੀ ਤਾਂ ਡਾਕਟਰ ਰਜਿੰਦਰ ਪ੍ਰਸਾਦ ਸੀ ਜੇ ਅਸਥਾਈ ਪ੍ਰਧਾਨ ਮਤਲਬ ਕਿ ਅਨ ਪਰਮਨੈਂਟਲੀ ਪ੍ਰਧਾਨ ਪੁੱਛਿਆ ਜਾਂਦਾ ਡਾਕਟਰ ਸਚੀਨ ਨੰਦਸੀ ਓਕੇ ਇੱਥੇ ਕਨਫਿਊਜ਼ ਨਹੀਂ ਹੋਣਾ ਕਾਫੀ ਬੱਚੇ ਕਨਫਿਊਜ਼ ਹੋ ਜਾਂਦੇ ਨੇ ਇਸ ਤੋਂ ਬਾਅਦ ਗੱਲ ਕਰੀ ਸਭ ਤੋਂ ਮਹੱਤਵਪੂਰਨ ਕਮੇਟੀ ਸੀ ਕਿਹੜੀ ਸੀ ਡਰਾਫਟਿੰਗ ਕਮੇਟੀ ਡਰਾਫਟਿੰਗ ਕਮੇਟੀ ਕੀ ਹੈ ਜਿਹੜਾ ਵੀ ਇਹ ਡਾਕਟਰ ਰਜਿੰਦਰ ਪ੍ਰਸਾਦ ਹੋਰਾਂ ਨੇ ਸੰਵਿਧਾਨ ਲਿਖ ਕੇ ਲਿਆਏ ਸੀ ਇਹਨੇ ਡਰਾਫਟਿੰਗ ਕਮੇਟੀ ਨੇ ਚੈੱਕ ਕਰਨਾ ਸੀ ਕਿ ਇਸ ਵਿੱਚ ਕੀ ਸਹੀ ਹੈ ਕੀ ਗਲਤ ਹੈ ਜੇ ਸਹੀ ਲੱਗਦਾ ਤਾਂ ਉਹ ਸੰਵਿਧਾਨ ਵਿੱਚ ਰੱਖ ਲੈਂਦੇ ਆ ਜੇ ਗਲਤ ਲੱਗਦਾ ਤਾਂ ਉਹ ਕਟਵਾ ਦਿੰਦੇ ਸੀ ਡਰਾਫਟਿੰਗ ਕਮੇਟੀ ਦਾ ਕੰਮ ਇਹ ਸੀ ਤੇ ਡਰਾਫਟਿੰਗ ਕਮੇਟੀ ਦਾ ਜਿਹੜਾ ਚੇਅਰਮੈਨ ਕੋਣ ਸੀ ਡਾਕਟਰ ਭੀਮਰਾਵ ਅੰਬੇਦਕਰ ਠੀਕ ਹੈ ਇਹ ਚੀਜ਼ ਵੀ ਯਾਦ ਰੱਖਿਓ ਇਸ ਵਿੱਚ ਟੋਟਲ ਸੱਤ ਮੈਂਬਰ ਇਨਕਲੂਡ ਸੀ ਉਹ ਉਹਨਾਂ ਦੇ ਨਾਮ ਇੰਨੇ ਇੰਪੋਰਟੈਂਟ ਨਹੀਂ ਹੈ ਜੇ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਕਿ ਡਰਾਫਟਿੰਗ ਕਮੇਟੀ ਵਿੱਚ ਕਿੰਨੇ ਮੈਂਬਰ ਇਨਕਲੂਡ ਸੀ ਤਾਂ ਯਾਦ ਰੱਖਿਓ ਸੱਤ ਮੈਂਬਰ ਸੀ ਤੇ ਇਸ ਦਾ ਪ੍ਰਧਾਨ ਯਾਨੀ ਚੇਅਰਮੈਨ ਕੋਣ ਸੀ ਡਾਕਟਰ ਭੀਮਰਾਵ ਅੰਬੇਦਕਰ ਸੀ ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਸੰਵਿਧਾਨ ਸਭਾ ਦੀ ਬੈਠਕ 2 ਸਾਲ 11 ਮਹੀਨੇ 18 ਦਿਨ ਚੱਲੀ ਸੀ ਮਤਲਬ ਮਤਲਬ ਕਿ ਇਹ ਸੰਵਿਧਾਨ ਬਣ ਰਿਹਾ ਸੀ ਆਪਣਾ ਉਸ ਵਾਸਤੇ ਜਿਹੜੀ ਮੀਟਿੰਗਾਂ ਬੁਲਾਈ ਜਾਂਦੀ ਸੀ ਬੈਠਕਾਂ ਬੁਲਾਈ ਜਾਂਦੀ ਸੀ ਇਹ ਜਿਹੜੀ ਮੀਟਿੰਗਾਂ ਸੀ 2 ਸਾਲ 11 ਮਹੀਨੇ 18 ਦਿਨ ਚੱਲੀ ਜਾਂਦੀ ਐ एग्जाम ਵਿੱਚ ਇਹ ਕੁਸ਼ਚਨ ਆਇਆ ਪੁੱਛਿਆ ਜਾਂਦਾ ਕਿ ਸਵਿਧਾਨ ਦਾ ਨਿਰਮਾਣ ਕਰਨ ਵਿੱਚ ਕਿੰਨਾ ਟਾਈਮ ਲੱਗ ਗਿਆ ਮਤਲਬ ਕਿੰਨੇ ਐਮ ਵਿੱਚ ਬਣਿਆ ਤਾਂ ਯਾਦ ਰੱਖਿਓ 2 ਸਾਲ 11 ਮਹੀਨੇ 18 ਦਿਨ ਵਿੱਚ ਬਣਿਆ ਸੀ ਤੇ ਜਿਹੜੀ ਇਹ ਬੈਠਕਾਂ ਟੋਟਲ ਬੈਠਕਾਂ ਬਣੀ ਹੋਈਆਂ ਸੀ ਜਿਹੜੀ ਇਹ ਬੈਠਕਾਂ ਸੀ ਸੰਵਿਧਾਨ ਸਭਾ ਦੇ ਗਠਨ ਵਾਸਤੇ ਜਿਹੜੀ ਗੱਲਾਂ ਬਾਤਾਂ ਕਰਦੇ ਸੀ ਹਨ ਵਿਚਾਰ ਵਟਾਂਦਰਾ ਕਰਦੇ ਸੀ ਉਹ ਮੀਟਿੰਗਾਂ ਨੂੰ ਸੈਸ਼ਨਾਂ ਦੇ ਨਾਮ ਨਾਲ ਵੀ ਅਪ ਜਾਣਦੇ ਆ ਤਾਂ ਇਹ ਟੋਟਲ ਮੀਟਿੰਗਾਂ ਕਿੰਨੀਆਂ ਹੋਈ ਸੀ 11 ਸੈਸ਼ਨ ਹੋਏ ਸੀ ਠੀਕ ਹੈ एग्जाम ਵਿੱਚ ਪੁੱਛਿਆ ਜਾਂਦਾ ਹੈ ਇਹ ਕੁਐਸਚਨ ਇਸ ਤੋਂ ਬਾਅਦ ਕੁਝ ਇੰਪੋਰਟੈਂਟ ਕਮੇਟੀ ਨੇ ਜਿਹੜੀ एग्जाम ਵਿੱਚ ਡਾਇਰੈਕਟਲੀ ਪੁੱਛੀ ਜਾਂਦੀ ਹੈ ਤੇ ਉਹਨਾਂ ਦੇ ਚੇਅਰਮੈਨ ਦੇ ਨਾਮ ਨੇ ਸਭ ਤੋਂ ਪਹਿਲਾਂ ਮੈਨ ਮੈਂ ਇਸ ਵੀਡੀਓ ਵਿੱਚ ਇਨਕਲੂਡ ਕੀਤੇ ਨੇ ਜਿਹੜੇ एग्जाम ਦੇ ਪੁਆਇੰਟ ਆਫ 뷰 ਨਾਲ ਇੰਪੋਰਟੈਂਟ ਨੇ ਐਂਡ ਦੋਸਤੋ ਇਸ ਦੇ ਰਿਗਾਰਡਿੰਗ ਤੁਸੀਂ ਜੇ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਬਾਏ ਕਰਨਾ ਚਾਹੁੰਦੇ ਹੋ ਸਿਰਫ 44 ਰੁਪਏ ਵਿੱਚ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇਨ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਓਕੇ ਤਾਂ ਇੰਪੋਰਟੈਂਟ ਕਮੇਟੀਆਂ ਦੀ ਗੱਲ ਕਰੀਏ ਮੌਲਿਕ ਅਧਿਕਾਰ ਦੀ ਉਪ ਕਮੇਟੀ ਸੀ ਇਹ ਮੌਲਿਕ ਅਧਿਕਾਰਨ ਦੀ ਠੀਕ ਹੈ ਯਾਦ ਰੱਖੋ ਫੰਡਮੈਂਟਲ ਰਾਈਟ ਵਾਸਤੇ ਇੱਕ ਕਮੇਟੀ ਤਿਆਰ ਕੀਤੀ ਗਈ ਸੀ ਜਿਸ ਦਾ ਚੇਅਰਮੈਨ ਕੌਣ ਸੀ ਜੇ ਵੀ ਕਿਲਪਲਾਨੀ ਸੀ ਇਹ ਪੁਆਇੰਟ ਤੁਸੀਂ ਯਾਦ ਰੱਖੋ ਜੇ ਵੀ ਕਿਲਪਲਾਨੀ ਸੀ ਇਸ ਤੋਂ ਬਾਅਦ ਯੂਨੀਅਨ ਪਾਵਰਜ਼ ਕਮੇਟੀ ਸੀ ਜਿਸ ਦਾ ਚੇਅਰਮੈਨ ਕੌਣ ਸੀ ਜਵਾਹਰ ਲਾਲ ਨਹਿਰੂ ਸੀ ਠੀਕ ਹੈ ਇਸ ਤੋਂ ਬਾਅਦ ਯੂਨੀਅਨ ਸੰਵਿਧਾਨ ਕਮੇਟੀ ਦਾ ਜਿਹੜਾ ਚੇਅਰਮੈਨ ਸੀ ਉਹ ਕੌਣ ਸੀ ਜਵਾਹਰ ਲਾਲ ਨਹਿਰੂ ਇਸ ਦਾ ਵੀ ਕਮੇਟੀ ਦਾ ਜਿਹੜਾ ਪ੍ਰਧਾਨ ਸੀ ਜਾਂ ਚੇਅਰਮੈਨ ਲਗਾ ਲੋ ਜਵਾਹਰ ਲਾਲ ਨਹਿਰੂ ਸੀ ਤੇ ਡਰਾਫਟਿੰਗ ਕਮੇਟੀ ਦਾ ਬਹੁਤ ਬਾਰ ਇਗਜ਼ਾਮ ਵਿੱਚ ਪੁੱਛਿਆ ਜਾਂਦਾ ਕਿ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ ਡਾਕਟਰ ਭੀਮrao ਅੰਬੇਦਕਰ ਸੀ ਤੇ ਟੋਟਲ ਇਸ ਵਿੱਚ 7 ਮੈਂਬਰ ਇਨਕਲੂਡ ਸੀ ਓਕੇ ਇਹ ਚੀਜ਼ ਵੀ ਤੁਸੀਂ ਯਾਦ ਰੱਖਿਓ ਇਸ ਤੋਂ ਇਲਾਵਾ ਵਿੱਤ ਅਤੇ ਸਟਾਫ ਕਮੇਟੀ ਦਾ ਜਿਹੜਾ ਚੇਅਰਮੈਨ ਸੀ ਉਹ ਰਜਿੰਦਰ ਪ੍ਰਸਾਦ ਸੀ ਤੇ ਸੰਵਿਧਾਨ ਸਭਾ ਦਾ ਜਿਵੇਂ ਕਿ ਆਲਰੇਡੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਸੰਵਿਧਾਨ ਡਾਕਟਰ ਜਿੰਦਰ ਪ੍ਰਸਾਦ ਜੀ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਉਦੇਸ਼ਮਤਾ ਜਵਾਹਰ ਲਾਲ ਨਹਿਰੂ ਨੇ 17 ਦਸੰਬਰ 1946 ਈਸਵੀ ਵਿੱਚ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਦੇਖੋ ਜਦੋਂ ਸੰਵਿਧਾਨ ਬਣ ਗਿਆ ਠੀਕ ਹੈ ਸੰਵਿਧਾਨ ਸਭਾ ਵਿੱਚ ਸੰਵਿਧਾਨ ਬਣ ਗਿਆ ਤਾਂ ਇੱਕ ਮੀਟਿੰਗ ਬੁਲਾਈ ਗਈ ਕਦੋਂ ਬੁਲਾਈ ਗਈ ਇਹ 17 ਦਸੰਬਰ 1946 ਈਸਵੀ ਵਿੱਚ ਬਣਾਈ ਗਈ ਬੁਲਾਈ ਗਈ ਤੇ ਜਿਸ ਵਿੱਚ ਦੇਖਿਆ ਗਿਆ ਕਿ ਸੰਵਿਧਾਨ ਵਿੱਚ ਕੀ ਖਾਮੀਆਂ ਨੇ ਕੀ ਚੰਗੀ ਚੀਜ਼ਾਂ ਕੀਤੀ ਘਟਿਆ ਚੀਜ਼ ਹੈ ਨਾ ਤਾਂ ਉਸ ਨੂੰ ਐਡ ਤੇ ਡਿਲੀਟ ਕਰ ਸਕਣ ਇਸ ਤੋਂ ਬਾਅਦ ਸਭਾ ਵਿੱਚ ਪੇਸ਼ ਕੀਤਾ ਗਿਆ ਜਿਸ ਨੂੰ 22 ਜਨਵਰੀ 1947 ਦੇ ਲਗਭਗ ਸਰਬਸੰਮਤੀ ਨਾਲ ਪੇਸ਼ ਕਰ ਦਿੱਤਾ ਗਿਆ ਸੋਰੀ ਪਾਸ ਕਰ ਦਿੱਤਾ ਗਿਆ ਦੇਖੋ ਕਿ ਸਭ ਨੇ ਹਾਂ ਬੋਲ ਦਿੱਤੀ ਜਿਹੜੇ ਵੀ ਸੰਵਿਧਾਨ ਦੇ ਮੈਂਬਰ ਸੀ ਉਹਨਾਂ ਨੇ ਸਭ ਨੇ ਹਾਂ ਬੋਲ ਦਿੱਤੀ ਕਿ ਹਾਂ ਇਸ ਤਰ੍ਹਾਂ ਦਾ ਸੰਵਿਧਾਨ ਸਾਨੂੰ ਚਾਹੀਦਾ ਹੈ ਤਾਂ 22 ਜਨਵਰੀ 1947 ਇਸਵੀ ਨੂੰ ਲਗਭਗ ਸਰਬਸੰਮਤੀ ਨਾਲ ਹਾਂ ਕਰ ਦਿੱਤੀ ਮਤਲਬ ਕਿ ਅਡਾਪਟ ਕਰਨ ਦੀ ਸੋਚ ਲਿਆ ਸੀ ਠੀਕ ਹੈ ਇਸ ਤੋਂ ਬਾਅਦ 22 ਜਨਵਰੀ 1947 ਇਸ ਵੀ ਨੂੰ ਸੰਵਿਧਾਨ ਸਭਾ ਨੇ ਇਸ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਲਿਆ ਤੇ 26 ਨਵੰਬਰ ਇਹ ਡੇਟ ਯਾਦ ਰੱਖਿਓ ਐਗਜ਼ਾਮ ਵਿੱਚ ਬਹੁਤ ਵਾਰ ਪੁੱਛੇ ਜਾਂਦੇ ਐ 26 ਜਨਵਰੀ 1950 ਇਸ ਵੀ ਨੂੰ ਸੰਵਿਧਾਨ ਨਿਰਮਾਣ ਦਾ ਕੰਮ ਪੂਰਾ ਕਰ ਲਿਆ ਸੰਵਿਧਾਨ ਦਾ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਤੇ 26 ਜਨਵਰੀ 1950 ਨੂੰ ਇਹ ਲਾਗੂ ਕਰ ਦਿੱਤਾ ਗਿਆ ਐਗਜ਼ਾਮ ਵਿੱਚ ਕੀ ਪੁੱਛਿਆ ਜਾਂਦਾ ਅਡਾਪਟ ਕਿਦੋਂ ਕਦੋਂ ਕੀਤਾ ਗਿਆ ਇਹ 26 ਨਵੰਬਰ ਨੂੰ ਕੀਤਾ ਗਿਆ ਸੀ ਅਡਾਪਟ ਠੀਕ ਹੈ 26 ਜਨਵਰੀ ਨੂੰ ਇਹ ਲਾਗੂ ਕੀਤਾ ਗਿਆ ਸੀ ਕਨਫਿਊਜ਼ਿੰਗ ਹੋਣਾ ਕਾਫੀ ਕੈਂਡੀਡੇਟ ਕਨਫਿਊਜ਼ ਹੋ ਜਾਂਦੇ ਨੇ 26 ਨਵੰਬਰ ਨੂੰ ਅਡਾਪਟ ਕੀਤਾ ਗਿਆ ਸੀ ਸਿਧਾਂਤ ਤੇ 26 ਜਨਵਰੀ 1950 ਈਸਵੀ ਨੂੰ ਲਾਗੂ ਕਰ ਦਿੱਤਾ ਗਿਆ ਸੀ ਓਕੇ ਦੋਸਤੋ ਓਮੀ ਓਕੇ ਦੋਸਤੋ ਉਮੀਦ ਹੈ ਤੁਹਾਨੂੰ ਇਹ ਥਿਊਰੀ ਥੋੜੀ ਜਿਹੀ ਸਮਝ ਆ ਗਈ ਹੋਵੇਗੀ ਓਕੇ ਜੇ ਸਮਝ ਆ ਗਈ ਤਾਂ ਵੀਡੀਓ ਵਿੱਚ ਯੈਸ ਲਿਖ ਕੇ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਗੱਲ ਕਰ ਲਈਏ ਇੰਪੋਰਟੈਂਟ ਕੁਐਸਚਨ ਇਸ ਰਿਗਾਰਡਿੰਗ ਜਿੰਨੇ ਵੀ ਐਗਜ਼ਾਮ ਵਿੱਚ ਇੰਪੋਰਟੈਂਟ ਕੁਐਸਚਨ ਆ ਸਕਦੇ ਨੇ ਉਹ ਸਾਰੇ ਇਸ ਵੀਡੀਓ ਵਿੱਚ ਤੁਹਾਨੂੰ ਮਿਲ ਜਾਣਗੇ ਓਕੇ ਦੋਸਤੋ ਇੱਕ ਗੱਲ ਹੋਰ ਜੇ ਤੁਸੀਂ ਇਸ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰਨਾ ਚਾਹੁੰਦੇ ਹੋ ਸਿਰਫ 44 ਰੁਪਏ ਵਿੱਚ ਦਾ ਇੰਸਟਾਗ੍ਰam ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਕੇ ਫਿਰ ਤੁਸੀਂ ਇਸ ਇੰਪੋਰਟੈਂਟ ਕੁਐਸਚਨ ਦੀ ਪੀਡੀਐਫ ਫਾਈਲ ਨੂੰ ਮਤਲਬ ਪੋਲਿਟੀ ਦੇ ਰਿਗਾਰਡਿੰਗ ਆਲ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਏ ਕਰ ਸਕਦੇ ਹੋ ਸਿਰਫ 44 ਰੁਪਏ ਵਿੱਚ ਤੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਕੁਐਸਚ ਦਾ ਸਲਾਹਕਾਰ ਕੌਣ ਸੀ ਠੀਕ ਹੈ ਆਪਾਂ ਥਿਉਰੀ ਵਿੱਚ ਆਲਰੇਡੀ ਇਹ ਪੜ ਚੁੱਕੇ ਹਾਂ ਹੁਣ ਸੀ ਡਰਾਫਟਿੰਗ ਕਮੇਟੀ ਦਾ ਮੁਖ ਸਲਾਹਕਾਰ ਸੀ ਜਾਂ ਚੇਅਰਮੈਨ ਸੀ ਡਾਕਟਰ ਪੀ ਬੀ ਐਨ rau ਜਾਂ ਬੀਮ rau ਅੰਬੇਦਕਰ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਦੇਖੋ ਜਦੋਂ ਸੈਸ਼ਨ ਬੁਲਾਇਆ ਗਿਆ ਸੀ ਸੰਵਿਧਾਨ ਦੀ ਉਹ ਮਤਲਬ ਕਿ ਸੰਵਿਧਾਨ ਕਿਵੇਂ ਬਣਾਉਣਾ ਇਸ ਤਰ੍ਹਾਂ ਦੀ ਗੱਲਾਂ ਹੋਈ ਸੀ ਤਾਂ ਇੱਕ ਸਤਾਈ ਪ੍ਰਧਾਨ ਬਣਾਇਆ ਗਿਆ ਸੀ ਅਸਤਾਈ ਪ੍ਰਧਾਨ ਬਣਾਇਆ ਗਿਆ ਸੀ ਟੈਂਪਰੇਰੀ ਚੇਅਰਮੈਨ ਮੇਰੇ ਪਾਸ ਨੂੰ ਕਾ ਸਕਦੇ ਤਾਂ ਉਸ ਦਾ ਨਾਮ ਕਿਸੇ ਡਾਕਟਰ ਸਚੀਦਾਨੰਦ ਸੀ ਇਸ ਤੋਂ ਬਾਅਦ ਕੁਐਸਚਨ ਨੰਬਰ ਤਿੰਨ ਦੀ ਗੱਲ ਕਰੀਏ 13 ਦਸੰਬਰ 1946 ਈਸਵੀ ਨੂੰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਤੇ ਆਧਾਰਿਤ ਉਦੇਸ਼ ਮਤਾ ਕਿਸ ਨੇ ਪਾਸ ਕੀਤਾ ਸੀ ਦੇਖੋ 13 ਦਸੰਬਰ 1946 ਜਦੋਂ ਸੰਵਿਧਾਨ ਸਭਾ ਦਾ ਗਠਨ ਹੋਇਆ ਸੀ ਠੀਕ ਹੈ ਐਗਜ਼ੈਕਟ ਡੇਟ ਇਹ ਹੈ 1946 ਨੂੰ ਸੰਵਿਧਾਨ ਪ੍ਰਸਤਾਵਨਾ ਦੇ ਆਧਾਰ ਦੇ ਉਦੇਸ਼ ਤੇ ਮਤਾ ਪਾਸ ਹੋਇਆ ਸੀ ਨਾ ਤੀ ਸੰਵਿਧਾਨ ਇਸ ਤਰ੍ਹਾਂ ਦਾ ਬਣੇਗਾ ਗੱਲਾਂ ਬਾਤਾਂ ਟੋਟਲ ਹੋ ਚੁੱਕੀ ਸੀ ਤਾਂ ਕਿਸ ਨੇ ਬੇਸ ਕੀਤਾ ਸੀ ਇਹ ਦਰਕ ਜਵਾਰ ਲਾਲ ਨਹਿਰੂ ਕਾਫੀ ਵਾਰ ਇਗਜ਼ਾਮ ਵਿੱਚ ਰਿਪੀਟ ਹੋ ਗਿਆ ਇਸ ਵਾਰ ਕੁਐਸਚਨ ਨੰਬਰ 4 ਦੀ ਗੱਲ ਕਰੀਏ ਭਾਰਤ ਦੀ ਸੰਵਿਧਾਨ ਸਭਾ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਅਗੇਨ ਡਾਕਟਰ ਬੀਮ ਰਹੋ ਇਹ ਕੁਐਸਚਨ ਰਿਪੀਟ ਹੋ ਗਿਆ ਇਸ ਵਾਰ ਕੁਐਸਚਨ ਨੰਬਰ 5 ਦੀ ਗੱਲ ਕਰੀਏ ਕਿਸ ਸਮੇਂ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਗਿਆ ਦੇਖੋ ਅਪਣਾਉਣ ਦੀ ਗੱਲ ਹੋ ਰਹੀ ਹੈ ਅਡਾਪਟ ਹੋਣ ਦੀ ਗੱਲ ਹੋ ਰਹੀ ਹੈ ਤਾਂ 26 ਨਵੰਬਰ 1949 ਇਸ ਵਿੱਚ ਹੈ ਬਟ ਇਹ ਲਾਗੂ ਹੋਇਆ ਸੀ ਪਉਨੋ ਆਲਰੇਡੀ ਇਹ ਪਤਾ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਸਭਾ ਦੇ ਗਠਨ ਦਾ ਆਧਾਰ ਕੀ ਸੀ ਭਾਰਤ ਦੀ ਸੰਵਿਧਾਨ ਸਭਾ ਦੇ ਗਠਨ ਦਾ ਆਧਾਰ ਕੀ ਸੀ ਓਕੇ ਤਾਂ ਆਧਾਰ ਕੀ ਬਣਿਆ ਸੀ ਕੈਬਨਟ ਮਿਸ਼ਨ ਯੋਜਨਾ ਜਿਹੜੀ ਭਾਰਤ ਦੇ ਵਿੱਚ ਆਈ 1946 ਵਿੱਚ ਉਸ ਨੇ ਮਨਜ਼ੂਰੀ ਦਿੱਤੀ ਕਿ ਤੁਸੀਂ ਆਪਣਾ ਭਾਰਤੀ ਸੰਵਿਧਾਨ ਬਣਾ ਸਕਦੇ ਹੋ ਤੇ ਇਹ ਸਿਧਾਂਤ ਤੁਹਾਡੇ ਭਾਰਤ ਦੇ ਲੋਕਾਂ ਦੁਆਰਾ ਹੀ ਬਣਾਇਆ ਜਾਵੇ ਇਸੇ ਵੱਲ ਕੁਐਸਚਨ ਨੰਬਰ 7 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਸਭਾ ਨੇ ਡੈਸ਼ ਕੰਮ ਕਰਨਾ ਸ਼ੁਰੂ ਕੀਤਾ ਕਵੈਸਚਨ ਇਥੇ ਇਹ ਇਸ ਨੂੰ ਕੱਟ ਕਰ ਦੋ ਅਧਰ ਕਿ ਸੰਵਿਧਾਨ ਸਭਾ ਵਿੱਚ ਸੰਵਿਧਾਨ ਬਣਾਉਣ ਦਾ ਕੰਮ ਕਦੋਂ ਤੋਂ ਸ਼ੁਰੂ ਹੋਇਆ ਤੇ ਯਾਦ ਰੱਖਿਓ 9 ਦਸੰਬਰ 1946 ਈਸਵੀ ਤੋਂ ਸ਼ੁਰੂ ਹੋਇਆ ਸੀ ਕਵੈਸਚਨ ਨੰਬਰ 8 ਦੀ ਗੱਲ ਕਰੀਏ ਭਾਰਤ ਦਾ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਨੂੰ ਕਿੰਨਾ ਸਮਾਂ ਲੱਗਿਆ ਅਗੇਨ ਆਪਾਂ ਥਿਊਰੀ ਵਿੱਚ ਇਹ ਗੱਲ ਕਰ ਚੁੱਕੇ ਹਾਂ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਕਵੈਸਚਨ ਨੰਬਰ 9 ਦੀ ਗੱਲ ਕਰੀਏ ਭਾਰਤੀ ਸੰਵਿਧਾਨ ਨੂੰ ਬਣਾਉਣ ਲਈ ਪਾਰਟ ਪਾਰਟਿਸ ਬਿਨਾਨ ਨੇ ਸਵਦੇ ਕਿੰਨੇ ਸੈਸ਼ਨ ਆਯੋਜਿਤ ਕੀਤੇ ਗਏ ਇਹ ਗੱਲ ਵੀ ਆਪਾਂ ਕਾਲ ਚੁੱਕੇ ਆ 11 ਸੈਸ਼ਨ ਹੋਈ ਸੀ ਕੁਐਸਚਨ ਨੰਬਰ 10 ਦੀ ਗੱਲ ਕਰੀਏ ਸੰਵਿਧਾਨ ਸਭਾ ਦੀ ਸੁਭਾਈ ਸੰਵਿਧਾਨ ਕਮੇਟੀ ਦਾ ਚੇਅਰਮੈਨ ਕੌਣ ਸੀ ਸੁਭਾਈ ਯਾਦ ਰੱਖਿਓ ਇਹ ਵੀ ਬਹੁਤ ਵਾਰ ਐਗਜ਼ਾਮ ਵਿੱਚ ਰਪੀਟ ਹੁੰਦਾ ਤਾਂ ਸਰਦਾਰ ਮੱਲਬਾਈ ਪਟੇਲ ਸੀ ਇਹ ਚੀਜ਼ ਵੀ ਨੋਟ ਕਰ ਲਓ ਕੁਐਸਚਨ ਨੰਬਰ 11 ਦੀ ਗੱਲ ਕਰੀਏ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਸਾਹਮਣੇ ਪ੍ਰਸਤਾਵਨਾ ਕਿਸ ਨੇ ਪੇਸ਼ ਕੀਤੀ ਦੇਖੋ ਜਦੋਂ ਸੰਵਿਧਾਨ ਲਿਖ ਕੇ ਆ ਗਿਆ ਰਜਿੰਦਰ ਪ੍ਰਸਾਦ ਦੋਹਰਾ ਲਿਖ ਕੇ ਆ ਗਿਆ ਹੈ ਨਾ ਤਾਂ ਉਹਨਾਂ ਨੇ ਕੀ ਕੀਤਾ ਜਵਾਹਰ ਲਾਲ ਨਹਿਰੂ ਕੋਲੇ ਜਿਹੜਾ ਸੰਵਿਧਾਨ ਲਿਖਿਆ ਹੋਇਆ ਪਕੜਾ ਦਿੱਤਾ ਹੁਣ ਜਵਾਹਰ ਲਾਲ ਨਹਿਰੂ ਸੀ ਜਿਹੜਾ ਡਰਾਫਟਿੰਗ ਕਮੇਟੀ ਕੋਲ ਲਿਆ ਗਿਆ ਅਤੇ ਚੈੱਕ ਕਰਵਾਇਆ ਗਿਆ ਇਸ ਵਿੱਚ ਕੀ ਖਾਮੀਆਂ ਨੇ ਕੀ ਚੰਗੀ ਚੀਜ਼ਾਂ ਨੇ ਇਸ ਬਾਰੇ ਗੱਲਾਂ ਜਾਂ ਵਿਚਾਰ ਵਟਾਂਦਰੇ ਹੋਏ ਤਾਂ ਡਰਾਫਟਿੰਗ ਕਮੇਟੀ ਕਿਸ ਕੋਲ ਲੱਗ ਗਿਆ ਸੀ ਡਰਾਫਟਿੰਗ ਕਮੇਟੀ ਦੇ ਸਾਹਮਣੇ ਸੰਵਿਧਾਨ ਨੂੰ ਜਵਾਹਰ ਲਾਲ ਨਹਿਰੂ ਕਵੈਸਚਨ ਨੰਬਰ 12 ਦੀ ਗੱਲ ਕਰੀ ਸਭਿਧਾਨ ਸਭਾ ਨੇ ਡਾਕਟਰ ਭੀਮਰਾਓ ਅੰਬੇਦਕਰ ਦੀ ਪ੍ਰਧਾਨਗੀ ਹੇਠ ਕਦੋਂ ਇੱਕ ਡਰਾਫਟਿੰਗ ਕਮੇਟੀ ਬਣਾਈ ਦੇਖੋ ਡਾਇਰੈਕਟਲੀ ਐਗਜ਼ਾਮ ਵਿੱਚ ਕੀ ਪੁੱਛਿਆ ਜਾਂਦਾ ਡਰਾਫਟਿੰਗ ਕਮੇਟੀ ਦਾ ਨਿਰਮਾਣ ਕਦੋਂ ਹੋਇਆ ਤੇ ਇਹ ਚੀਜ਼ ਵੀ ਯਾਦ ਰੱਖਿਓ 29 ਅਗਸਤ 1947 ਇਸ ਵਿੱਚ ਹੋਇਆ ਸੀ ਜਦੋਂ ਠੀਕ ਹੈ ਕਵੈਸਚਨ ਨੰਬਰ 13 ਦੀ ਗੱਲ ਕਰੀ ਭਾਰਤ ਦਾ ਸਭਿਧਾਨ ਕਦੋਂ ਲਾਗੂ ਹੋਇਆ 26 ਜਨਵਰੀ 1950 ਨੂੰ ਹੋਇਆ ਕਵੈਸਚਨ ਨੰਬਰ 14 ਦੀ ਗੱਲ ਕਰੀ ਸਭਿਧਾਨ ਡਰਾਫਟਿੰਗ ਕਮੇਟੀ ਵਿੱਚ ਕਿਹੜੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ ਸੋ ਮੈਂਬਰਾਂ ਦੀ ਗਿਣਤੀ ਕਿੰਨੀ ਸੀ ਟੋਟਲ ਮੈਂਬਰ 7 ਸੀ ਕੁਐਸਚਨ ਨੰਬਰ 15 ਦੀ ਗੱਲ ਕਰੀਏ ਸੋ ਸਤੰਤਰ ਭਾਰਤ ਦੀ ਸੰਵਿਧਾਨ ਸਭਾ ਦਾ ਪ੍ਰਧਾਨ ਕੌਣ ਸੀ ਡਾਕਟਰ ਰਜਿੰਦਰ ਪ੍ਰਸਾਦ ਸੀ ਸੰਵਿਧਾਨ ਸਭਾ ਦਾ ਪ੍ਰਧਾਨ ਓਕੇ ਕੰਫਿਊਜ਼ਿੰਗ ਹੋਣਾ ਕੁਐਸਚਨ ਨੰਬਰ 16 ਦੀ ਗੱਲ ਕਰੀਏ ਸੰਵਿਧਾਨ ਸਭਾ ਦਾ ਸੰਵਿਧਾਨ ਸਭਾ ਵਿੱਚ 15 ਸਾਲ ਲਈ ਬਾਲਗ ਵੋਟ ਦਾ ਅਧਿਕਾਰ ਕਿਸ ਨੇ ਲਾਗੂ ਕੀਤਾ ਸੀ ਗੁਲਕੇਂਦਰਾ ਸਾਲਾ ਦਾ ਵੀ ਬੋਟ ਕਰ ਸਕਦਾ ਸੀ ਵੀ ਸੰਵਿਧਾਨ ਸਭਾ ਵਿੱਚ ਬਤਲੀ ਸੰਵਿਧਾਨ ਸਭਾ ਦੇ ਮੈਂਬਰ ਜਦੋਂ ਚੁਣੇ ਗਏ ਸੀ ਉਸ ਵਿੱਚ VOTING ਹੋਈ ਸੀ ਦੇਖੋ ਇਹ ਇਹ ਮੈਂਬਰ ਹੀ ਹੋਣਗੇ ਤਾਂ ਉਸ ਵਿੱਚ ਕੀ 15 ਸਾਲਾਂ ਲਈ ਬਾਲਗ ਵੋਟ ਦਾ ਵੀ ਅਧਿਕਾਰ ਦੇ ਦਿੱਤਾ ਗਿਆ ਸੀ ਠੀਕ ਹੈ ਤੇ ਕੌਣ ਸੀ ਉਹ ਮੂਲ ਅਨ ਆਜ਼ਾਦ ਦੁਆਰਾ ਹੀ ਦਿੱਤਾ ਗਿਆ ਸੀ ਕੁਐਸਚਨ ਨੰਬਰ 17 ਦੇ ਕਰਕੇ ਵੀ ਸੰਵਿਧਾਨ ਸਭਾ ਦੀ ਕੇਂਦਰੀ ਸੰਵਿਧਾਨ ਕਮੇਟੀ ਦਾ ਚੇਅਰਮੈਨ ਕੌਣ ਸੀ ਤਾਂ ਡਾਕਟਰ ਸੋਰੀ ਜਵਾਰ ਲਾਲ ਨਹਿਰੂ ਸੀ ਕਵੈਸਚਨ ਨੰਬਰ 14 ਦੀ ਗੱਲ ਕਰੀਏ ਸੰਵਿਧਾਨ ਸਭਾ ਦੇ ਮੈਂਬਰ ਦੀ ਚੋਣ ਕਿਵੇਂ ਕੀਤੀ ਗਈ ਸੀ ਸੂਬਾਈ ਅਸੈਂਬਲੀ ਦੁਆਰਾ ਇਹ ਚੁਣਿਆ ਗਿਆ ਸੀ ਵੋਟਿੰਗ ਸਿਸਟਮ ਦੁਆਰਾ ਓਕੇ ਕਵੈਸਚਨ ਨੰਬਰ 19 ਦੀ ਗੱਲ ਕਰੀਏ ਭਾਰਤ ਵਿੱਚ ਕਿਸ ਸਮੇਂ ਦੌਰਾਨ ਭਾਰਤੀ ਕਵੈਸਚਨ ਨੰਬਰ 19 ਦੀ ਗੱਲ ਕਰੀਏ ਭਾਰਤ ਵਿੱਚ ਕਿਸ ਸਮੇਂ ਦੌਰਾਨ ਸੰਵਿਧਾਨ ਸਭਾ ਨੂੰ ਅੰਤਿਮ ਰੂਪ ਦਿੱਤਾ ਗਿਆ ਸੰਵਿਧਾਨ ਸਭਾ ਦਾ ਅੰਤਿਮ ਰੂਪ ਮਤਲਬ ਪ੍ਰਕਾਸ਼ਿਤ ਹੋ ਗਿਆ ਸੀ ਕਿਹੜਾ ਟਾਈਮਿੰਗ ਸੀ ਇਹ ਦਸੰਬਰ 1946 ਤੋਂ ਲੈ ਕੇ 1949 ਇਸਪੀ ਵੀ ਤੱਕ ਜਿਹੜਾ ਸੰਵਿਧਾਨ ਬਣਾਉਣ ਦਾ ਕੰਮ ਚੱਲ ਰਿਹਾ ਸੀ ਓਕੇ ਕੁਐਸਚਨ ਨੰਬਰ 20 ਦੀ ਗੱਲ ਕਰੀਏ ਭਾਰਤ ਦੇ ਸ਼ਾਸਨ ਵਿੱਚ ਇੱਕ ਪ੍ਰਤੀਨਿਧ ਅਤੇ ਇੱਕ ਪ੍ਰਸਿੱਧ ਦੇ ਤੱਤ ਨੂੰ ਪੇਸ਼ ਕਰਨ ਲਈ ਦੀ ਪਹਿਲੀ ਕੋਸ਼ਿਸ਼ ਕਿਹੜੇ ਐਕਟ ਰਾਹੀਂ ਕੀਤੀ ਗਈ ਸੀ ਇੱਕ ਪ੍ਰਤੀਨਿਧ ਤੇ ਪ੍ਰਸਿੱਧ ਤੱਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਹੜੇ ਐਕਟ ਦੁਆਰਾ ਕੀਤੀ ਗਈ ਸੀ ਭਾਰਤੀ ਪ੍ਰੇਸ਼ਦ ਐਕਟ 1861 ਇਸ ਵੀ ਐਕਟ ਦੁਆਰਾ ਕੀਤੀ ਗਈ ਸੀ ਓਕੇ ਕੁਐਸਚਨ ਨੰਬਰ 21 ਦੀ ਗੱਲ ਕਰੀਏ ਭਾਰਤ ਵਿੱਚ ਕਿਹੜਾ ਐਕਟ ਫਿਰਕੂ ਵੋਟਰ ਲਾਗੂ ਕਰਤਾ ਹੈ ਠੀਕ ਹੈ ਤਾਂ ਭਾਰਤੀ ਪੇਸ਼ਾਡ ਐਕਟ 1909 ਐਕਟ ਠੀਕ ਹੈ ਕੁਐਸਚਨ ਨੰਬਰ 22 ਦੀ ਗੱਲ ਕਰੀਏ ਭਾਰਤੀ ਸਭ ਵਿਧਾਨ ਨੂੰ ਬਣਾਉਣ ਲਈ ਕਿਹੜੀ ਪ੍ਰਥਾ ਦਾ ਸਭ ਤੋਂ ਵੱਧ ਡੂੰਗਾ ਪ੍ਰਭਾਵ ਪਿਆ ਠੀਕ ਹੈ ਭਾਰਤੀ ਸਰਕਾਰ ਐਕਟ 1935 ਕੁਐਸਚਨ ਨੰਬਰ 23 ਦੀ ਗੱਲ ਕਰੀਏ ਭਾਰਤ ਵਿੱਚ ਕਿਹੜੇ ਐਕਟ ਦੇ ਆਧਾਰ ਤੇ ਡਾਇਰਚੀ ਐਕਟ ਅਤੇ ਡਾਇਰਚੀ ਐਕਟ ਇੱਕ ਜਿਸ ਦਾ ਮਤਲਬ ਕਿ ਹੁੰਦਾ ਦੋ ਵਿਅਕਤੀਆਂ ਦੁਆਰਾ ਨਿਯੁਕਤ ਰਾਜ ਨੂੰ ਸੰਚਾਲਿਤ ਕਰਨਾ ਠੀਕ ਹੈ ਡਾਰਚ ਐਕਟ ਹੈ ਕਾਫੀ ਵਾਰ ਇਗਜ਼ਾਮ ਵਿੱਚ ਇਹ ਰਿਪੀਟ ਹੁੰਦਾ ਤਾਂ ਇਹ ਪੇਸ਼ ਕੀਤਾ ਗਿਆ ਮਤਲਬ ਕਿਹੜੇ ਐਕਟ ਦੁਆਰਾ ਇਹ ਪੇਸ਼ ਕੀਤਾ ਗਿਆ ਭਾਰਤ ਦਾ ਐਕਟ 1919 ਐਕਟ ਦੁਆਰਾ ਕੀਤਾ ਗਿਆ ਸੀ ਕੁਐਸਚਨ ਨੰਬਰ 24 ਦੀ ਗੱਲ ਕਰੀ ਭਾਰਤ ਦਾ ਇਕਾਧਿਕਾਰ ਐਕਟ ਬਹੁਤ ਵਾਰ ਇਗਜ਼ਾਮ ਵਿੱਚ ਦੋਸਤੋ ਇਹ ਰਿਪੀਟ ਹੋਇਆ 24 ਨੰਬਰ ਕੁਐਸਚਨ ਯਾਦ ਰੱਖਿਓ ਭਾਰਤ ਦਾ ਇਕਾਧਿਕਾਰ ਐਕਟ 1935 ਡੈਸ਼ ਤੇ ਆਧਾਰਿਤ ਹੈ ਫੈਡਰੇਸ਼ਨ ਐਂਡ ਸਸਨੀ ਪ੍ਰਣਾਲੀ ਦੇ ਸਿਧਾਂਤ ਤੇ ਆਧਾਰਿਤ ਹੈ ਓਕੇ ਕੁਐਸਚਨ ਨੰਬਰ 25 ਦੀ ਗੱਲ ਕਰੀ ਕਿਹੜਾ ਐਕਟ ਕੇਂਦਰ ਵਿੱਚ ਡਾਰਜੀ ਐਕਟ ਪੇਸ਼ ਕਰਦਾ ਹੈ ਕਿਹੜਾ ਐਕਟ ਕੇਂਦਰ ਵਿੱਚ ਡਾਰਜੀ ਐਕਟ ਪੇਸ਼ ਕਰਦਾ ਹੈ ਤਾਂ ਭਾਰਤ ਸਰਕਾਰ ਐਕਟ 1935 ਓਕੇ ਇਹ ਵੀ ਯਾਦ ਰੱਖਿਓ ਕੁਐਸਚਨ ਨੰਬਰ 26 ਦੀ ਗੱਲ ਕਰੀਏ ਭਾਰਤ ਦੇ ਸੰਵਿਧਾਨ ਦਾ ਸਭ ਤੋਂ ਵੱਡਾ ਸਰੋਤ ਕਿਹੜਾ ਸੀ ਭਾਰਤ ਦੇ ਸੰਵਿਧਾਨ ਦਾ ਸਭ ਤੋਂ ਵੱਡਾ ਸਰੋਤ ਕੌਣ ਸੀ ਕਿਹੜੇ ਐਕਟ ਤੋਂ ਮਿਲਦਾ ਆਪਾਂ ਨੂੰ ਭਾਰਤ ਦੇ ਸੰਵਿਧਾਨ ਬਾਰੇ ਜਾਣਨ ਨੂੰ ਤਾਂ ਐਕਟ 1935 ਵੀ ਵਿੱਚ ਮਿਲਦਾ ਹੈ